ਹਸਪਤਾਲ ਵਿੱਚ ਆਖਰੀ ਸਾਹਾਂ ਤੇ ਪਏ ਪਿਓ ਨੇ ICU ਵਿੱਚ ਕਰਿਆ ਆਪਣੀ ਧੀ ਦਾ ਵਿਆਹ। ਦੋਸਤੋ ਹੁਣ ਤੱਕ ਤੁਸੀਂ ਮਹਿੰਗੇ ਮਹਿੰਗੇ ਮੈਰਿਜ ਪੈਲਸ ਅਤੇ ਲੱਖਾਂ ਰੁਪਏ ਲਾ ਕੇ ਵਿਆਹ ਹੁੰਦੇ ਤਾਂ ਬਹੁਤ ਦੇਖੇ ਹੋਣਗੇ, ਪਰ ਹੁਣ ਹਸਪਤਾਲ ਵਿੱਚ ਹੋਇਆ ਵਿਆਹ ਕਾਰਨ ਸੁਣ ਕੇ ਹਰ ਕੋਈ ਹੋ ਗਿਆ ਭਾਵੁਕ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੈਂਟੀਲੇਟਰ ਤੇ ਪਏ ਇੱਕ ਵਿਅਕਤੀ ਕੋਲ ਕੁਝ ਲੋਕ ਖੜੇ ਦਿਖਾਈ ਦੇ ਰਹੇ ਨੇ। ਦਰਅਸਲ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਰਹਿਣ ਅਤੇ ਜ਼ਿਆਦਾ ਤਬੀਅਤ ਵਿਗੜਨ ਕਾਰਨ ਇਸ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਇਹ ਵਿਅਕਤੀ ਚਾਹੁੰਦਾ ਸੀ ਕਿ ਜਿਉਂਦੇ ਜੀ ਆਪਣੀ ਧੀ ਦਾ ਵਿਆਹ ਕਰੇ ਅਤੇ ਉਸ ਨੂੰ ਆਪਣੇ ਹੱਥੀਂ ਵਿਦਾ ਕਰਕੇ ਆਸ਼ੀਰਵਾਦ ਦੇਵੇ। ਜਿਸ ਦੇ ਲਈ ਇਸ ਦੀ ਇੱਛਾ ਪੂਰੀ ਕਰਨ ਦੇ ਲਈ ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਤੋਂ ਮਨਜ਼ੂਰੀ ਲਈ ਅਤੇ ਡਾਕਟਰਾਂ ਦੀ ਮੌਜੂਦਗੀ ਵਿੱਚ ਮੁੰਡਾ ਕੁੜੀ ਅਤੇ ਕਾਜੀ ਨੂੰ ਬੁਲਾ ਕੇ ICU ਵਾਲੇ ਕਮਰੇ ਵਿੱਚ ਹੀ ਇਹਨਾਂ ਦਾ ਵਿਆਹ ਕੀਤਾ ਗਿਆ। ਸੋ ਰੱਬ ਨਾ ਕਰੇ ਕਿ ਕਦੇ ਕਿਸੇ ਧੀ ਪੁੱਤ ਨੂੰ ਇਹੋ ਜਿਹੇ ਹਾਲਾਤਾਂ ਵਿੱਚ ਵਿਆਹ ਕਰਾਉਣਾ ਅਤੇ ਕਿਸੇ ਮਾਂ ਪਿਓ ਨੂੰ ਕਰਨਾ ਪਵੇ। ਸੋ ਇਸ ਪਿਤਾ ਲਈ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।